ਅੱਜ ਵੋਟਾਂ ਦਾ ਰਾਜ ਹੈ। ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਆਪਣੀ ਹਕੂਮਤ ਕਾਇਮ ਕਰ ਸਕਦੇ ਹਾਂ, ਪਰ ਅਸੀਂ ਨਾ ਲੜਾਈ ਕਰਦੇ ਹਾਂ, ਨਾ ਵੋਟ ਪਾਉਂਦੇ ਹਾਂ, ਅਤੇ ਬਗੈਰ ਰਾਜ ਤੋਂ, ਬਗੈਰ ਇੱਜ਼ਤ ਤੋਂ ਆਪਾਂ ਲੱਗੇ ਤੁਰੇ ਫਿਰਦੇ ਹਾਂ। ਕਦੇ ਅਸੀਂ ਵੋਟ ਬਾਦਲਾਂ ਨੂੰ ਪਾ ਦਿੰਦੇ ਹਾਂ, ਕਾਂਗਰਸ ਨੂੰ ਪਾ ਦਿੰਦੇ ਹਾਂ, ਆਮ ਪਾਰਟੀ ਨੂੰ ਪਾ ਦਿੰਦੇ ਹਾਂ, ਜਿਨ੍ਹਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਕਰਕੇ ਗਏ। ਇਹ ਮੈਂ ਨਹੀਂ ਕਹਿੰਦਾ, ਇਹ ਉਹ ਕਹਿੰਦੇ ਹੈ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਆਪਣੀਆਂ ਉਮਰਾਂ ਲਾ ਦਿੱਤੀਆਂ, ਉਹਨਾਂ ਨਾਲ ਰਹੇ ਹੈ। ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਹਾਂ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ? 4 ਤਰੀਕ ਨੂੰ ਵੋਟਾਂ ਪੈਂਦੀਆਂ, 6 ਤਰੀਕ ਨੂੰ ਘੱਲੂਘਾਰਾ ਦਿਵਸ ਹੈ, ਅਤੇ ਅਸੀਂ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ 8 ਕਾਂਗਰਸ ਦੇ MP ਜਿਤਾ ਕੇ ਭੇਜਦੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ, ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ। ਤੁਸੀਂ ਹੁਣ ਜਥੇਬੰਦਕ ਹੋਵੋ, ਆਪਾਂ SCPC ਦੀਆਂ ਵੋਟਾਂ ਲਈਏ, SCPC ਦੀ ਸੇਵਾ ਕਰੀਏ, ਗਰੀਬਾਂ ਦੇ ਲਈ ਸਕੂਲ ਬਣਾਈਏ, ਬਿਰਧਾਂ ਦੇ ਲਈ ਆਸਰੇ ਬਣਾਈਏ। ਤੁਹਾਨੂੰ ਪਤਾ ਸਾਡੀ ਕੌਮ ਦੇ ਉੱਤੇ ਨਵਾਂ ਸੰਕਟ ਪਾਤਾ ਹੈ। ਮੋਦੀ ਨੇ ਤੇ ਇਹਦੀ ਸਰਕਾਰ ਦੇ ਵਜ਼ੀਰਾਂ ਨੇ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਖਾਲਿਸਤਾਨ ਦੀ ਗੱਲ ਕਰੂਗਾ, ਮੋਦੀ ਕਹਿੰਦਾ ਪਹਿਲਾਂ ਸਰਕਾਰਾਂ ਅਸੀਂ ਜਿਹੜੇ ਸਿੱਖ ਇਹੋ ਜਿਹੀ ਗੱਲ ਕਰਦੇ ਸੀਗੇ ਅਤੇ ਬਾਹਰ ਦੇ ਮੁਲਕਾਂ ਨੂੰ ਨੱਸ ਜਾਂਦੇ ਸੀ, ਉਹਨਾਂ ਦੇ ਪਿੱਛੇ ਉਹ ਸਰਕਾਰਾਂ ਨੂੰ ਰਿਪੋਰਟਾਂ ਭੇਜਦੇ ਸੀਗੇ, ਕਹਿੰਦਾ ਹੁਣ ਨਹੀਂ, ਹੁਣ ਨਹੀਂ। ਯਾਰ ਮੋਦੀ ਵਰਗਾ ਸਾਲਾ ਇਹ ਹੈ ਕਿ ਕਹੇ ਕਿ ਹੁਣ ਨਹੀਂ, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਆਪਣੇ ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ, ਮਹਾਰਾਜਾ ਰਣਜੀਤ ਸਿੰਘ ਦਾ ਸਥਾਪਿਤ ਕਰਨ ਨੂੰ, ਪਰ ਹੁਣ ਕਿ ਅਸੀਂ ਆਪਣੀਆਂ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਨਹੀਂ ਕਰਾ ਸਕਦੇ? 32-32 ਸਾਲਾਂ ਤੋਂ ਆਪਣੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਹੈ, ਉਹ ਨਹੀਂ ਛਡਾ ਸਕੇ। ਸੂਬੇ ਦੇ ਪੰਜਾਬੀ ਬੋਲਦੇ ਇਲਾਕੇ, ਹਰਿਆਣੇ, ਰਾਜਸਥਾਨ, ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਰਹਿ ਗਏ ਹੈ, ਉਹ ਵਾਪਸ ਨਹੀਂ ਕਰਾ ਸਕੇ। ਇਹਦੀ ਵਜ੍ਹਾ ਕੀ ਹੈ? ਮੈਨੂੰ ਲੱਗਦਾ ਕਿ ਵਜ੍ਹਾ ਇਹ ਹੈ ਕਿ ਅਸੀਂ 77 ਸਾਲਾਂ ਦੇ ਵਿੱਚ ਗੁਲਾਮੀ ਨੂੰ ਕਬੂਲ ਕਰ ਲਿਆ। ਅੱਜ ਵੋਟਾਂ ਦਾ ਰਾਜ ਹੈ। ਅਮਨ ਪਸੰਦ ਤਰੀਕੇ ਦੇ ਨਾਲ ਆਪਾਂ ਆਪਣੀ ਹਕੂਮਤ ਕਾਇਮ ਕਰ ਸਕਦੇ ਹਾਂ, ਪਰ ਅਸੀਂ ਨਾ ਲੜਾਈ ਕਰਦੇ ਹਾਂ, ਨਾ ਵੋਟ ਪਾਉਂਦੇ ਹਾਂ, ਅਤੇ ਬਗੈਰ ਰਾਜ ਤੋਂ, ਬਗੈਰ ਇੱਜ਼ਤ ਤੋਂ
ਆਪਾਂ ਲੱਗੇ ਤੁਰੇ ਫਿਰਦੇ ਹਾਂ, ਕਦੇ ਅਸੀਂ ਵੋਟ ਬਾਦਲਾਂ ਨੂੰ ਪਾ ਦਿੰਦੇ ਹਾਂ, ਕਾਂਗਰਸ ਨੂੰ ਪਾ ਦਿੰਦੇ ਹਾਂ, ਆਮ ਪਾਰਟੀ ਨੂੰ ਪਾ ਦਿੰਦੇ ਹਾਂ, ਜਿਨ੍ਹਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ। ਹੁਣ ਮੈਨੂੰ ਦੱਸੋ, 4 ਜੂਨ, 3-4 ਮਹੀਨੇ ਹੋਏ ਹੈ, ਇਲੈਕਸ਼ਨ ਹੋਏ ਹੈ, ਜੂਨ ਦਾ ਮਹੀਨਾ ਸਿੱਖ ਕੌਮ ਦੇ ਲਈ ਬੜਾ ਗਰਮ ਅਤੇ ਤੱਤ ਹੈ, ਕਿਉਂ ਕਰਕੇ 6 ਤਰੀਕ ਨੂੰ ਸੈਂਟਰ BJP ਅਤੇ ਇੰਦਰਾ ਗਾਂਧੀ ਅਤੇ ਸਾਡੇ ਦਰਬਾਰ ਸਾਹਿਬ ਅਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਦੇ ਸੀਗੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਸਾਡੇ ਲੀਡਰ ਅਤੇ ਸਾਡੇ ਸਿੰਘ ਸ਼ਹਾਦਤਾਂ ਦੇ ਕੇ, ਪਰ ਤਾਂ ਵੀ ਅੱਜ ਭੰਬਲ ਭੂਸੜਾ ਪਿਆ ਹੋਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਕਰਕੇ ਗਏ। ਇਹ ਮੈਂ ਨਹੀਂ ਕਹਿੰਦਾ, ਇਹ ਉਹ ਕਹਿੰਦੇ ਹੈ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਆਪਣੀਆਂ ਉਮਰਾਂ ਲਾ ਤੀਆਂ, ਉਹਨਾਂ ਨਾਲ ਰਹੇ ਹੈ। ਕੀ ਗੁਲਾਮ ਰਹਿ ਕੇ ਅਸੀਂ ਕੀ ਖੱਟਿਆ? ਗੁਲਾਮੀ ਦੇ ਵਿੱਚ ਕੋਈ ਖੱਟ ਸਕਦਾ? ਕੋਈ ਸਿਪਾਹੀ ਸਾਨੂੰ ਫੜ ਕੇ ਲੈ ਜਾਂਦਾ, ਕੋਈ ਦਿੱਲੀ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ, ਕੋਈ ਕੁਛ ਕਰਦਾ, ਇਹ ਕੋਈ ਇੱਜ਼ਤ ਹੈ? ਮੈਨੂੰ ਇਹਦੀ ਸਮਝ ਨਹੀਂ ਆਉਂਦੀ ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਹਾਂ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ। 4 ਤਰੀਕ ਨੂੰ ਵੋਟਾਂ ਪੈਂਦੀਆਂ, 6 ਤਰੀਕ ਨੂੰ ਘੱਲੂਘਾਰਾ ਦਿਵਸ ਹੈ, ਅਤੇ ਅਸੀਂ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ 8 ਕਾਂਗਰਸ ਦੇ MP ਜਿਤਾ ਕੇ ਭੇਜਤੇ ਜਿਨ੍ਹਾਂ ਨੇ ਸਾਡੇ ਉੱਤੇ ਜ਼ਬਰ ਕੀਤਾ, ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਏ, ਅਤੇ BJP ਦੀ ਗਿਣਤੀ ਵੋਟਾਂ ਦੀ ਅੱਗੇ ਤੋਂ ਵੱਧ ਗਈ ਹੈ। ਆਮ ਪਾਰਟੀ ਨੇ ਸਾਡੇ ਲਈ ਕੀ ਕੀਤਾ? 92 ਸੀਟਾਂ ਅਸੈਂਬਲੀ 'ਚ ਆਪਾਂ ਨੇ ਦੇ ਤੀਆਂ। ਤੁਸੀਂ ਮੈਨੂੰ ਦੱਸੋ ਕਿ ਇਹਦੇ ਵਿੱਚ ਕੀ ਸਿਆਣਪ ਹੈ? ਕਦੇ ਆਪਾਂ ਸਿਆਣੀ ਗੱਲ ਹੀ ਕਰ ਲਿਆ ਕਰੀਏ? ਜਦੋਂ ਮੈਨੂੰ ਤੁਸੀਂ ਨਵਾਂ ਜੀਵਨ ਦਿੱਤਾ 1999 ਦੇ ਵਿੱਚ, ਵੋਟਾਂ ਪਾ ਕੇ ਮੈਨੂੰ ਛਡਾਇਆ,
ਮੈਂ ਤੁਹਾਡੇ ਮਾਝੇ ਦਾ ਐਮ ਪੀ ਬਣਿਆ। ਜਿੱਥੇ ਮੈਂ ਜਾਂਦਾ ਮੈਂ ਲੋਕਾਂ ਦੇ ਰਿਵਾਜ ਦੇਖਦਾ, ਕੰਮ ਦੇਖਦਾ, ਹਾਲਤ ਦੇਖਦਾ। ਉਦੋਂ ਮੈਨੂੰ ਇੱਕ ਚੀਜ਼ ਨਜ਼ਰ ਆਈ ਕਿ ਵੱਡਾ ਘਰ ਹੋਵੇ ਛੋਟਾ ਘਰ ਹੋਵੇ, ਹਰੇਕ ਦੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ, ਕੋਈ ਪੱਠੇ ਢੋਣ ਨੂੰ, ਕੋਈ ਇੱਟਾਂ ਢੋਣ ਨੂੰ, ਕੋਈ ਕੁਛ ਵੀ। ਪਰ ਖੋਤੇ ਨੂੰ ਆਪਾਂ ਕਹਿੰਦੇ ਹਾਂ ਕਿ ਇਹ ਬੇਵਕੂਫ ਜਾਨਵਰ ਹੈ। ਪਰ ਸਾਧ ਸੰਗਤ ਜੀ, ਤੁਹਾਨੂੰ ਪਤਾ ਹੈ ਜੇ ਕਿਸੇ ਪੈਸੇ ਤੋਂ ਵੱਟ ਤੋਂ ਖੋਤਾ ਠੇਡਾ ਖਾ ਜੇ, ਉਹਦੀਆਂ ਅੱਖਾਂ ਬੰਨ ਦਿਓ, ਉਹਨੂੰ ਕਹੋ ਚੱਲ, ਉਹ ਰਸਤੇ ਨਹੀਂ ਜਾਂਦਾ ਹੈਗਾ। ਅਤੇ ਆਪਾਂ ਨੂੰ ਤਾਂ ਇਨਸਾਨੀਅਤ ਦਿੱਤੀ ਹੈ ਸਾਡੇ ਗੁਰੂਆਂ ਨੇ, ਬੁੱਧੀ ਦਿੱਤੀ ਹੈ ਸਾਨੂੰ ਦੁਨੀਆਂ ਦਾ ਮੁਕਾਬਲਾ ਕਰਨ ਦੇ ਲਈ। 10 ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ, ਦੂਜੀ ਪਾਤਸ਼ਾਹੀ ਅਮਨ ਪਸੰਦ ਸਾਧ ਸੀਗੇ, ਪਰ ਉਹਨਾਂ ਨੇ ਖਾੜੇ ਬਣਵਾ ਤੇ ਕਿ ਜੇ ਗੁਰੂ ਨਾਨਕ ਸਾਹਿਬ ਦਾ ਬਣਾਇਆ ਹੋਇਆ ਧਰਮ ਅਗਾਂਹ ਨੂੰ ਚੱਲਣਾ ਤਾਂ ਫਿਰ ਸਰੀਰ ਤਕੜੇ ਹੋਣੇ ਚਾਹੀਦੇ ਆ। ਤੀਸਰੀ ਪਾਤਸ਼ਾਹੀ ਨੇ ਸਾਨੂੰ ਗੋਇੰਦਵਾਲ ਸਾਹਿਬ ਬੋਲੀ ਦੇਤੀ ਕਿ ਸਿੱਖੀ ਦੇ ਵਿੱਚ ਜਾਤ ਪਾਤ ਨਹੀਂ ਹੋਊਗਾ, ਕੋਈ ਵੀ ਸਰੋਵਰ ਦੇ ਵਿੱਚ ਨਹਾ ਸਕਦਾ। ਚੌਥੀ ਪਾਤਸ਼ਾਹੀ ਨੇ ਸਾਨੂੰ ਇਹ ਆਪਣਾ ਧਾਰਮਿਕ ਸ਼ਹਿਰ ਦਿੱਤਾ, ਸਰੋਵਰ ਦਿੱਤਾ, ਜਿਹਦੇ ਸਾਰੇ ਕਿਸੇ ਵੀ ਜਾਤ ਦੇ ਇਸ਼ਨਾਨ ਕਰ ਸਕਦੇ ਹੈ। ਸਾਨੂੰ ਇੱਕ ਬਣਾਤਾ। ਪੰਜਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਦੇ ਤੇ, ਗੁਰੂ ਗ੍ਰੰਥ ਸਾਹਿਬ ਦੇ ਤੇ। ਛੇਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ। ਮੁਗਲ ਹਕੂਮਤ ਦੇ ਵਿੱਚ ਗੈਰ ਮੁਸਲਮਾਨ ਤਲਵਾਰ ਨਹੀਂ ਸੀ ਰੱਖ ਸਕਦਾ, ਸਾਨੂੰ ਤਾਰ ਦਿੱਤੀ, ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ, ਘੋੜੇ ਦੀ ਸਵਾਰੀ ਦਿੱਤੀ, ਤਾਜ ਨਹੀਂ ਸੀ ਪਹਿਣ ਸਕਦਾ, ਤਾਜ ਦੇਤਾ, ਬਾਜ ਦੇ ਨਾਲ ਸ਼ਿਕਾਰ ਨਹੀਂ ਸੀ ਖੇਡ ਸਕਦਾ, ਬਾਜ ਦੇਤਾ। ਹੁਣ ਦੱਸੋ ਕੀ ਨਹੀਂ ਦਿੱਤਾ। ਸੱਤਵੇਂ ਪਾਤਸ਼ਾਹ ਦੇ ਪੁੱਤ ਨੇ
ਰੰਗਦੇਵ ਦੀ ਅਦਾਲਤ ਵਿੱਚ ਜਾ ਕੇ ਬਾਣੀ ਨੂੰ ਉਲਟਾਤਾ ਤੇ ਸੱਤਵੇਂ ਪਾਤਸ਼ਾਹ ਨੇ ਆਪਣਾ ਪੁੱਤ ਸਾਹਿਬਜ਼ਾਦਾ ਪੰਥ ਦੇ ਵਿੱਚੋਂ ਬਰਖਾਸਤ ਕਰਤਾ। ਕੋਈ ਛੋਟੀ ਗੱਲ ਹੈ ਕਿ ਆਪਣੇ ਪੁੱਤ ਨੂੰ ਨਸੀਹਤ ਦਿੱਤੀ, ਨੌਵੇਂ ਪਾਤਸ਼ਾਹ ਨੇ ਕੀ ਨਹੀਂ ਕੀਤਾ, ਆਪਣੀ ਸ਼ਹਾਦਤ ਦੇ ਤੀ ਤੇ ਦਸਵੇਂ ਪਾਤਸ਼ਾਹ ਨੇ ਗੱਦੀ ਦੇ ਤੀ ਗੁਰੂ ਗ੍ਰੰਥ ਸਾਹਿਬ ਨੂੰ, ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਤਾ। ਦੱਸੋ ਸਾਥੋਂ ਕੀ ਲਪੋਇਆ, ਇੱਡੀ ਤਕੜੀ ਕੌਮ ਪੈਦਾ ਕਰਤੀ ਕਿ ਜੇ ਅੰਗਰੇਜ਼ ਆਇਆ ਉਸ ਨੇ ਆਖਿਆ ਕਿ ਜੇ ਸਿੱਖ ਕੌਮ ਨੂੰ ਮੈਂ ਫੌਜ ਦੇ ਵਿੱਚ ਭਰਤੀ ਕਰ ਲਵਾਂ ਤੇ ਦੁਨੀਆਂ ਦਾ ਕੋਈ ਮੁਲਕ ਮੈਨੂੰ ਹਰਾ ਨਹੀਂ ਸਕਦਾ। ਤੇ ਪਹਿਲੇ ਦੁਨੀਆਂ ਜੰਗ ਦੇ ਵਿੱਚ, ਦੂਜੇ ਦੁਨੀਆਂ ਦੇ ਜੰਗ ਦੇ ਵਿੱਚ ਸਿੱਖ ਫੌਜਾਂ ਨੇ ਜਮਹੂਰੀਅਤ ਪੱਖੀ ਮੁਲਕਾਂ ਨੂੰ ਜਿਤਾਤਾ, ਜਦਕਿ ਨਹਿਰੂ, ਗਾਂਧੀ ਤੇ ਪਟੇਲ ਹਿਟਲਰ ਤੇ ਤੋਜੋ ਨੂੰ ਚਾਹੁੰਦੇ ਸੀ, ਜਿਨ੍ਹਾਂ ਨੇ ਜ਼ੁਲਮ ਬਹੁਤ ਕੀਤੇ, ਸਾਰਾ ਕੁਛ ਦੇਤਾ। ਪਰ ਆਪਾਂ ਵੋਟ ਜੇ ਮੰਗਦੇ ਹਾਂ ਪਤਾ ਨਹੀਂ ਕੀ ਹੋ ਜਾਂਦਾ। ਜੇ ਗਿੱਦੜ ਦੇ ਗੂੰ ਦੀ ਲੋੜ ਪੈ ਜੇ ਤੇ ਪਹਾੜੀ ਚੜ੍ਹ ਜਾਂਦਾ। ਕੀ ਪਾਤਸ਼ਾਹ ਨੇ ਇਹੋ ਜਿਹੀ ਕੌਮ ਬਣਾਈ ਹੈ ਆਪਣੀ ਕਿ ਵੋਟ ਪਾਉਣ ਤੋਂ ਹੀ ਭਗੌੜੀ ਹੋਈ ਹੋਈ ਹੈ? ਮੈਨੂੰ ਤਾਂ ਬੜਾ ਤਰਸ ਆਉਂਦਾ ਹੈ ਆਪਣੀ ਗਰੀਬੀ ਵੱਲ ਦੇਖ ਕੇ, ਆਪਣੀ ਗੁਲਾਮੀ ਵੱਲ ਦੇਖ ਕੇ। ਜਦੋਂ 1999 ਦੇ ਵਿੱਚ ਮੈਨੂੰ ਤੁਸੀਂ ਰਿਹਾ ਕੀਤਾ, ਚਾਰ ਪੰਜ ਮਹੀਨੇ ਮੈਂ ਇੱਧਰ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਜਿੱਥੇ ਜਿੱਥੇ ਜ਼ੁਲਮ ਹੁੰਦੇ ਸੀਗੇ ਉੱਥੇ ਫਿਰਦਾ ਤੁਰਦਾ ਰਿਹਾ। ਚਾਰ ਮਹੀਨਿਆਂ ਤੋਂ ਬਾਅਦ ਮੇਰੇ ਬੀਬੀ ਜੀ ਨੇ, ਮਾਤਾ ਨੇ ਤੇ ਪਿਤਾ ਨੇ ਮੈਨੂੰ ਬੁਲਾ ਲਿਆ, ਕਹਿੰਦੇ ਬੈਠ ਸਾਡੇ ਕੋਲ, ਕਹਿੰਦੇ ਚਾਰ ਮਹੀਨੇ ਹੋ ਗਏ ਹੈ, ਤੈਨੂੰ ਕਾਹਦੇ ਲਈ ਛਡਾਇਆ, ਤੂੰ ਕੀ ਕਰਨਾ ਚਾਹੁੰਦਾ ਸੀ, ਤੈਨੂੰ ਗੁਰੂ ਸਾਹਿਬ ਨੇ ਉਸ ਕੰਮ ਦੇ ਲਈ ਸਾਰਾ ਕੁਛ ਦੇਤਾ ਤੇ ਹੁਣ ਤੂੰ ਗੱਲ ਹੀ ਨਹੀਂ ਕਰਦਾ। ਬੀਬੀ ਜੀ ਕਹਿੰਦੇ
ਕਿ ਦੇਖ ਸਿਮਰਨ, ਹੁਣ ਅਸੀਂ ਆਪਣੀ ਉਮਰਾਂ ਖਾਈ ਬੈਠੇ ਹਾਂ, ਜੇ ਤੂੰ ਖਾਲਿਸਤਾਨ ਤੋਂ ਪਿੱਛੇ ਹਟ ਗਿਆ, ਸਾਡੀ ਆਤਮਾ ਫੁੱਕੀ ਗਈ ਅਤੇ ਜਦੋਂ ਅਸੀਂ ਮਰ ਵੀ ਗਏ ਤਾਂ ਵੀ ਸਾਡੀ ਆਤਮਾ ਨੇ ਫੂਕਦੇ ਰਹਿਣਾ। ਤੂੰ ਬੰਦਾ ਬਣ, ਜੇ ਅਸੀਂ ਖਾਲਿਸਤਾਨ ਦੇ ਲਈ ਨਹੀਂ ਕਰ ਸਕੇ ਤੇ ਤੇਰੀ ਜੇ ਇੱਛਾ ਸੀਗੀ ਤੇ ਹੁਣ ਬਾਹਰ ਨਿਕਲ, ਕਦੇ ਕਿਤੇ ਕਦੇ ਕਿਤੇ। ਸੋ ਸਾਧ ਸੰਗਤ ਜੀ, ਜੇ ਤੁਹਾਡੇ ਮਾਪਿਆਂ ਨੇ ਕੱਲ ਮੈਨੂੰ ਕਲਿਨੌਰ ਪੰਜ ਬੀਬੀਆਂ ਮਿਲੀਆਂ ਜਿਨ੍ਹਾਂ ਦੇ ਪੁੱਤ ਜਾਂ ਜਿਨ੍ਹਾਂ ਦੇ ਘਰ ਵੱਲ ਸ਼ਹੀਦ ਹੋ ਗਏ ਸੀਗੇ, ਧਰਮੀ ਫੌਜੀ ਮਿਲਦੇ ਹੈ, ਅਜੇ ਤੱਕ ਆਪਣੀ ਜੱਦੋ ਜਹਿਦ ਨੂੰ ਆਪਾਂ ਉਹਨਾਂ ਨਾਲ ਤੁਸੀਂ ਕੂਣਾ ਨਹੀਂ। ਤੇ ਫੇਰ ਅੱਜ ਸਾਰੇ ਪੰਜਾਬ ਤੋਂ ਬੀਬੀਆਂ ਆਈਆਂ, ਸਾਰੇ ਪਾਸਿਓਂ ਕੰਮ ਛੱਡ ਕੇ ਤੁਸੀਂ ਆਏ ਹੋ, ਇਹਦਾ ਕੀ ਫੈਸਲਾ ਹੋਊਗਾ ਕਿ ਹੁਣ ਅਸੀਂ ਬੰਦੇ ਦੇ ਪੁੱਤ ਮੰਨਣਾ ਕਿ ਐਵੇਂ ਅਸੀਂ ਛੋਕਰਿਆਂ ਵਰਗਣ ਆਪਣਾ ਟਾਈਮ ਜਾਇਆ ਕਰਨਾ। ਤੁਸੀਂ ਹੁਣ ਜਥੇਬੰਦਕ ਹੋਵੋ, ਆਪਾਂ SCPC ਦੀਆਂ ਵੋਟਾਂ ਲਈਏ, SCP ਦੀ ਸੀ ਸੇਵਾ ਕਰੀਏ, ਗਰੀਬਾਂ ਦੇ ਲਈ ਸਕੂਲ ਬਣਾਈਏ, ਬਿਰਧਾਂ ਦੇ ਲਈ ਆਸਰੇ ਬਣਾਈਏ, ਸਾਰਾ ਕੁਛ ਕਰੀਏ। ਦੁਨੀਆ ਸਾਡੇ ਵੱਲ ਦੇਖ ਰਹੀ ਹੈ, ਜਿਵੇਂ ਬਿੱਲੀ ਕਬੂਤਰ ਦੇ ਲਾਗੇ ਲੱਗਦੀ ਹੈ, ਕਬੂਤਰ ਅੱਖਾਂ ਮੀਟ ਲੈਂਦਾ ਕਿ ਮਹਾਰਾਜ ਨੇ ਇਹੋ ਜਿਹੀ ਕੌਮ ਬਣਾਈ ਹੈ ਕਿ ਜ਼ੁਲਮ ਦੇ ਅੱਗੇ ਆਪਾਂ ਅੱਖਾਂ ਮਿੱਟੀ ਰੱਖਣੀ ਹੈ, ਆਪਾਂ ਨੇ ਅੱਗੇ ਨਹੀਂ ਤੁਰਨਾ। ਜੋ ਸਾਨੂੰ ਸਾਡੇ ਪਾਤਸ਼ਾਹ ਦੇ ਕੇ ਗਏ ਹੈ, ਛੇਵੇਂ ਪਾਤਸ਼ਾਹ ਨੇ ਕੀ ਕਿਹਾ ਸੀ, ਸਾਰਾ ਕੁਛ ਦਿੱਤਾ ਤੁਹਾਨੂੰ ਰਾਜ ਲੈਣ ਦੇ ਲਈ, ਚੋਰੀ ਵੀ ਕਰਨੀ ਪੈਂਦੀ ਹੈ, ਛੇਵੇਂ ਪਾਤਸ਼ਾਹ ਦੇ ਹੁਕਮ ਦੇ ਨਾਲ ਬਾਬਾ ਬਿਧੀ ਚੰਦ ਲਾਹੌਰ ਦੇ ਕਿਲ੍ਹੇ ਦੇ ਵਿੱਚੋਂ ਬਾਦਸ਼ਾਹ ਜਹਾਂਗੀਰ ਦੇ ਦੋ ਵੱਡੇ ਘੋੜੇ ਨਹੀਂ ਲੈ ਕੇ ਆਏ। ਮੈਂ ਪਿੱਛੇ ਗਿਆ ਸੀ ਕਿਲ੍ਹੇ 'ਚ ਲਾਹੌਰ ਦੇ, ਅਤੇ ਉੱਥੇ ਇੱਕ ਜਿਹੜਾ ਸੇਵਾਦਾਰ ਸੀ ਮੁਸਲਮਾਨ ਸੀ, ਮੈਂ ਉਹਨੂੰ ਪੁੱਛਿਆ ਕਿ ਬਾਬਾ ਬਿਧੀ ਚੰਦ ਨੇ ਕਿੱਥੇ ਘੋੜਿਆਂ ਨੂੰ ਕਿਲ੍ਹੇ ਤੋਂ ਛਾਲ ਮਰਵਾਈ। ਉਹ ਤਾਂ ਜੀ ਖੁਸ਼ ਹੀ ਹੋ ਗਿਆ
ਕਹਿੰਦਾ ਉਹ ਸਰਦਾਰ ਜੀ ਤੁਹਾਨੂੰ ਦਿਖਾ ਕੇ ਲਿਆਵਾਂ। ਹੁਣ ਜਦੋਂ ਇਹੋ ਜਿਹੇ ਲੋਕ ਆਪਣੇ ਨਾਲ ਲੱਗਣਾ ਚਾਹੁੰਦੇ ਹੈ ਤੇ ਆਪਾਂ ਹਿੰਦੁਤਵ ਦੇ ਪੈਰਾਂ ਨੂੰ ਚੁੰਮੀ ਜਾਂਦੇ ਹੈ, ਕੀ ਤਕਲੀਫ ਹੈ? ਮੈਨੂੰ ਦੱਸੋ, ਕੋਈ ਡਾਕਟਰ ਲਿਆਈਏ, ਹੱਲ ਕਰੀਏ ਕਿ ਇਹ ਕੀ ਗੱਲ ਹੈ। ਤੁਹਾਨੂੰ ਪਤਾ ਸਾਡੀ ਕੌਮ ਦੇ ਉੱਤੇ ਨਵਾਂ ਸੰਕਟ ਪਾਤਾ ਹੈ ਮੋਦੀ ਨੇ ਤੇ ਇਹਦੀ ਸਰਕਾਰ ਦੇ ਵਜ਼ੀਰਾਂ ਨੇ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਖਾਲਿਸਤਾਨ ਦੀ ਗੱਲ ਕਰੂਗਾ, ਮੋਦੀ ਕਹਿੰਦਾ ਪਹਿਲਾਂ ਸਰਕਾਰਾਂ ਅਸੀਂ ਜਿਹੜੇ ਸਿੱਖ ਇਹੋ ਜਿਹੀ ਗੱਲ ਕਰਦੇ ਸੀਗੇ ਤੇ ਬਾਹਰ ਦੇ ਮੁਲਕਾਂ ਨੂੰ ਨੱਸ ਜਾਂਦੇ ਸੀ, ਉਹਨਾਂ ਦੇ ਪਿੱਛੇ ਉਹ ਸਰਕਾਰਾਂ ਨੂੰ ਰਿਪੋਰਟਾਂ ਭੇਜਦੇ ਸੀਗੇ। ਕਹਿੰਦਾ ਹੁਣ ਨਹੀਂ, ਉਹ ਯਾਰ ਮੋਦੀ ਵਰਗਾ ਸਾਲਾ ਇਹ ਕਹੇ ਕਿ ਹੁਣ ਨਹੀਂ, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਹਿੰਦਾ ਅਬ ਹੁਣ ਹਮ ਜਾਂ ਵੀ ਕੋਈ ਹੋਤਾ ਹੈ ਕਿਸੀ ਦੇਸ਼ ਮੇਂ, ਹਮ ਉਸਕੋ ਗੋਲੀ ਮਰਵਾਤੇ ਹੈ, ਜ਼ਹਿਰ ਦਵਾਤੇ ਹੈ। ਇਸ ਪਾਲਿਸੀ ਦੇ ਤਹਿਤ ਕੈਨੇਡਾ ਦੇ ਵਿੱਚ ਆਪਣੇ ਨਿੱਜਰ ਨੂੰ, ਹਰਦੀਪ ਸਿੰਘ ਨਿੱਜਰ ਨੂੰ ਮਾਰਤਾ, ਰਿੰਪੂ ਦਮਨ ਸਿੰਘ ਮਲਿਕ ਨੂੰ ਮਾਰਤਾ, ਸੁਖਦੂਲ ਸਿੰਘ ਨੂੰ ਮਾਰਤਾ, ਵਲੈਤ ਦੇ ਵਿੱਚ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ, ਉਹਦੇ ਮਾਤਾ ਇੱਥੇ ਆਏ ਹੋਏ ਹੈ। ਧੰਨ ਹੈ ਉਹ ਜਿਹੜੇ ਅਸੀਂ ਪੀੜ ਨੂੰ ਬਰਦਾਸ਼ਤ ਕਰੀ ਜਾਂਦੇ ਹੈ। ਜਿੱਥੇ ਵੀ ਪੰਥ ਦਾ ਇਕੱਠ ਹੁੰਦਾ ਉੱਥੇ ਆਉਂਦੇ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੈਂ ਕਿਹਾ ਇਹਨਾਂ ਦੀ ਵੀ ਫੋਟੋ ਅਕਾਲ ਤਖ਼ਤ ਦੇ ਜੈਬ ਘਰ 'ਚ ਲੱਗਣੀ ਚਾਹੀਦੀ ਹੈ। ਫਿਰ ਜੇ ਸਾਧ ਸੰਗਤ ਜੀ ਤੁਸੀਂ ਵੋਟ ਪਾਓਗੇ ਤਾਂ ਫਿਰ ਸਾਨੂੰ ਮਿੰਨਤਾਂ ਤਰਲੇ ਤਾਂ ਨਹੀਂ ਕਰਨੀ ਪੈਣੀ, ਸਿੱਧੇ ਤੁਹਾਡੇ ਕੰਮ ਹੋਣਗੇ, ਬੱਚੇ ਲਾਇਕ ਬਣਨਗੇ, ਗਰੀਬਾਂ ਨੂੰ ਉਠਾਇਆ ਜਾਊਗਾ, ਗੁਰਦੁਆਰੇ ਇੱਕ ਕਰ ਦਾਂਗੇ, ਮਣੀਆਂ ਇੱਕ ਕਰ ਦਾਂਗੇ। ਜਿਹੜੀ ਕੌਮ ਫੁੱਟੀ ਪਈ ਹੈ ਉਸ ਨੂੰ ਜੋੜ ਦੇਵਾਂਗੇ। ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਰ ਨੂੰ ਮਾਰਤਾ, ਲਖਬੀਰ ਸਿੰਘ ਰੋਡੇ ਨੂੰ ਮਾਰਤਾ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ। ਦੱਸੋ ਫਿਰ ਜੇ ਤਾਕਤ ਦਿਓਗੇ ਤਾਂ ਹੀ ਕੁਛ ਕਰਾਂਗੇ। ਐਵੇਂ ਅਸੀਂ ਇੱਡੇ ਕਮਲੇ ਤਾਂ ਨਹੀਂ ਕਿ ਭੱਖ ਦੀ ਅੱਗ ਦੇ ਵਿੱਚ ਛਾਲ ਮਾਰ ਦਈਏ, ਕਰੀਏ ਕੱਖ ਨਾ।
ਤੁਹਾਡੀ ਸਹਿਮਤੀ ਚਾਹੀਦੀ ਹੈ, ਤੁਹਾਡਾ ਸਹਿਯੋਗ ਚਾਹੀਦਾ। ਇਹ ਸਾਰੀਆਂ ਚੀਜ਼ਾਂ ਤੁਹਾਡੀਆਂ, ਰਾਜ ਤੁਹਾਡੇ ਜੁੱਤੀਆਂ ਨੂੰ ਛੂੰਹਦਾ, ਪਰ ਤੁਸੀਂ ਉਹਨੂੰ ਜਿੱਤਰ ਮਾਰ ਦਿਓ। ਤੇ ਜਿਹੜੇ ਬੰਦੇ ਆਪਣੇ ਤੋਂ ਖੋ ਕੇ ਲੈ ਜਾਂਦੇ ਹੋ, ਉਹਨਾਂ ਨੂੰ ਵੀ ਤੁਸੀਂ ਅਪਣਾਉਂਦੇ ਹੋ। ਹੁਣ ਅਸੀਂ ਮੁਸਲਮਾਨਾਂ ਲਈ ਕੀ ਨਹੀਂ ਕੀਤਾ? ਜਦੋਂ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ, ਅਸੀਂ ਜਾ ਕੇ ਯੂਪੀ ਦੇ ਵਿੱਚ, ਅਯੋਧਿਆ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ। ਅੱਜ ਮੁਸਲਮਾਨ ਜਦੋਂ ਵੋਟਾਂ ਦਾ ਸਮਾਂ ਆਇਆ, ਕਹਿੰਦਾ ਜੀ ਮੋਦੀ ਦੇ ਖਿਲਾਫ ਤਾਂ ਸਿਰਫ ਕਾਂਗਰਸ ਲੜੂਗੀ ਤੇ ਅਸੀਂ ਮੋਦੀ ਦੇ ਖਿਲਾਫ ਹੈ, ਸੋ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ। ਉਹ ਕਾਂਗਰਸ ਨੇ ਕੀ ਕੀਤਾ ਮੁਸਲਮਾਨੋ ਤੁਹਾਡੇ ਲਈ? ਅਸੀਂ ਤਾਂ ਗ੍ਰਿਫਤਾਰੀਆਂ ਦਿੱਤੀਆਂ ਜਦੋਂ ਤੁਹਾਡੀ ਮਸੀਤ ਸ਼ਹੀਦ ਕਰਤੀ, ਤੇ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਦਿੱਲੀ ਚ ਬੈਠਾ ਸੀ। ਇਹ ਆਪਣੀ ਸੰਵਿਧਾਨਕ ਸ਼ਕਤੀ ਇਸਤੇਮਾਲ ਕਰਕੇ ਬਬਰੀ ਮਸਜਿਦ ਨੂੰ ਸ਼ਹੀਦ ਕਰਨ ਤੋਂ ਰੋਕ ਸਕਦਾ ਸੀ, ਪਰ ਇਸ ਨੇ ਡੱਕਾ ਨਹੀਂ ਕੀਤਾ। ਫਿਰ ਕਿਹੜੀ ਕਾਂਗਰਸ ਤੁਹਾਨੂੰ ਬਚਾਊਗੀ? ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਦੋ ਥਾਵਾਂ ਦੇ ਉੱਤੇ ਮੁਸਲਮਾਨਾਂ ਨੂੰ ਹਿਮਾਚਲ ਦੇ ਵਿੱਚ ਮਸੀਤ ਨਹੀਂ ਬਣਾਉਣ ਦਿੰਦੇ। ਹਿੰਦੂਤਵਾ ਦੇ ਲੋਕ ਹਜ਼ਾਰਾਂ ਦੇ ਵਿੱਚ ਬਾਹਰ ਨਿਕਲ ਗਏ ਹੈ। ਹੁਣ ਮੈਨੂੰ ਦੱਸੋ ਮੁਸਲਮਾਨੋ, ਹੁਣ ਕਿੱਧਰ ਗਈ ਤੁਹਾਡੀ ਕਾਂਗਰਸ? ਤੁਸੀਂ ਵਜ਼ਾਰਤ ਬਣਾਈ ਹੈ ਹਿਮਾਚਲ ਦੀ ਕਾਂਗਰਸ ਦੀ, ਫਿਰ ਉੱਥੇ ਜੇ ਤੁਸੀਂ ਮਸੀਤ ਹੀ ਨਹੀਂ ਬਣਾਤੀ, ਫਿਰ ਤੁਸੀਂ ਸਾਡੇ ਵਰਗੇ ਹੀ ਹੋ। ਸੋ ਸਾਧ ਸੰਗਤ ਜੀ, ਆਪਾਂ ਉੱਠੀਏ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਤਿੰਨ ਤਾਕਤਾਂ ਦੇ ਨਾਲ ਮੁਕਾਬਲਾ ਕੀਤਾ ਦਰਬਾਰ ਸਾਹਿਬ ਨੂੰ ਬਚਾਉਣ ਦੇ ਲਈ। ਬਰਤਾਨੀਆ ਦੀ ਫੌਜ, ਰੂਸ ਦੀ ਫੌਜ, ਇੰਡੀਆ ਦੀ ਫੌਜ ਤੇ ਕਿਸੇ ਕਮਰੇ ਦੇ ਵਿੱਚ ਨਹੀਂ ਲੁਕੇ। ਜਦੋਂ ਆਖਰੀ ਸਮਾਂ ਆ ਗਿਆ, ਜਿੱਥੇ ਉਹਨਾਂ ਦੀ ਮਸ਼ੀਨ ਗਨ ਸੀ, ਬਾਹਰ ਨਿਕਲ ਕੇ ਜਿੱਥੇ ਦਰਬਾਰ ਸਾਹਿਬ ਦੇ ਸਾਹਮਣੇ
ਤੇ ਅਕਾਲ ਤਖ਼ਤ ਸਾਹਿਬ ਦੇ ਵਿਚਾਲੇ ਦੋ ਨਿਸ਼ਾਨ ਸਾਹਿਬ ਹੈ, ਉੱਥੇ ਆ ਕੇ ਹਿੰਦ ਫੌਜ ਦੇ ਨਾਲ ਮੁਕਾਬਲੇ ਕੀਤੇ ਹੈ। ਉਹਨਾਂ ਦੀ ਛਾਤੀ ਦੇ ਵਿੱਚ 72 ਗੋਲੀਆਂ ਲੱਗੀਆਂ ਸੀ। ਇੱਕ ਮੁਸਲਮਾਨ ਚੀਮਾ ਵੱਡਾ ਲੇਖਕਾਰ ਲਿਖਦਾ ਕਿ ਸਾਡੀ ਫੌਜ ਹਿੰਦੁਸਤਾਨ ਦੀ ਫੌਜ ਦੇ ਨਾਲ ਬੰਗਲਾਦੇਸ਼ ਦੇ ਵਿੱਚ ਲੜੀ, 96,000 ਫੌਜ ਹਿੰਦੁਸਤਾਨ ਨੇ ਗ੍ਰਿਫਤਾਰ ਕਰ ਲਈ। ਸਾਡਾ ਜਰਨੈਲ ਨਾਜ਼ੀ ਸੀ, ਉਹਦਾ ਨਾਂ, ਉਹ ਕਹਿੰਦਾ ਦੋ ਤੁਪ ਕੇ ਖੂਨ ਦੇ ਡਿੱਗ ਜਾਂਦੇ ਤੇ ਅਸੀਂ ਸਮਝਦੇ ਕਿ ਸਾਡੀ ਫੌਜ ਤੇ ਸਾਡੇ ਜਰਨੈਲ ਨੇ ਲੜਾਈ ਕੀਤੀ ਹੈ। ਪਰ ਉਹ ਮੁਸਲਮਾਨ ਚੀਮਾ ਕਹਿੰਦਾ ਐ ਨਹੀਂ ਹੋਇਆ, ਪਰ ਲੱਗ ਗਈ ਅੰਮ੍ਰਿਤਸਰ ਆ ਕਹਿੰਦਾ ਉੱਥੇ ਜਰਨੈਲਾਂ ਦਾ ਜਰਨੈਲ ਜਰਨੈਲ ਸਿੰਘ ਭਿੰਡਰਾਂਵਾਲਾ, ਉਹਦੀ ਇੱਕ ਛਾਤੀ 'ਚ 72 ਗੋਲੀਆਂ ਲੱਗੀਆਂ ਤਾਂ ਜਾ ਕੇ ਉਹਨੇ ਦਮ ਛੱਡਿਆ। ਸੋ ਇਹੋ ਜਿਹਾ ਵਿਰਸਾ ਹੋਵੇ, ਇਹੋ ਜਿਹੀ ਕੌਮ ਹੋਵੇ ਤਾਂ ਫਿਰ ਪਿੱਜੜ ਪੈ ਕਰਦੇ। ਖਾਲਸਾ ਜੀ ਉੱਠੀਏ, ਅਮਨ ਪਸੰਦ ਤਰੀਕੇ ਦੇ ਨਾਲ ਰੋਜ਼ ਆਪਾਂ ਕੁਛ ਨਾ ਕੁਛ ਕਰੀਏ ਕਿ ਇਹ ਸਰਕਾਰ ਪੰਜਾਬ ਦੀ ਅਤੇ ਸੈਂਟਰ ਦੀ ਸਾਨੂੰ ਸਾਡੀ ਜਮਹੂਰੀਅਤ ਲੋਕਤੰਤਰ ਦਾ ਹੱਕ ਵਾਪਸ ਕਰੇ, ਨਹੀਂ ਤਾਂ ਫਿਰ ਮੈਂ ਦੱਸਣਾ ਨਹੀਂ, ਜੇ ਨਾ ਕੀਤਾ ਫਿਰ ਸਾਨੂੰ ਕਰਨਾ ਪੈ ਜੋ। ਉਹ ਮੋਦੀ ਤੂੰ ਸਿੱਖ ਦਾ ਮਾਰ ਤੇ ਕੈਨੇਡਾ, ਅਮਰੀਕਾ, ਪਾਕਿਸਤਾਨ, ਬਰਤਾਨੀਆ, ਅਸੀਂ ਨਹੀਂ ਡਰਦੇ, ਮਾਰ ਗੋਲੀ ਜੇ ਤੂੰ ਆਪਣੀ ਮਾਂ ਦਾ ਪੁੱਤ ਹੈ। ਜੇ ਜ਼ਿਆਦਾ ਚੌੜਾ ਹੋਏਗਾ ਅਸੀਂ ਤੇਰੇ ਘਰ ਦਿੱਲੀ ਆ ਕੇ ਕਹਾਂਗੇ ਕਿ ਮਾਰ ਸਾਡੀ ਇੱਕ 'ਚ ਗੋਲੀ। ਤੂੰ ਸਾਡਾ ਵਿਰਸਾ ਦੇਖ ਲੈ, ਅਸੀਂ ਕਦੇ ਨੱਠੇ ਨਹੀਂ, ਅਸੀਂ ਕੁਰਬਾਨੀਆਂ ਦਿੱਤੀ ਹੈ ਸਿੱਖਾਂ ਦੇ ਲਹੂ ਦੇ ਨਾਲ, ਸਾਡੇ ਗੁਰਦੁਆਰਿਆਂ ਦੀਆਂ ਨੀਹਾਂ ਭਰੀਆਂ ਗਈਆਂ। ਸੋ ਐ ਵੀ ਨਾ ਕੋਈ ਸਮਝੇ ਕਿ ਇਹ ਲੱਲੂ ਪੰਜੂ ਹੈ, ਬਿਲਕੁਲ ਨਹੀਂ। ਸੋ ਮੈਂ ਆਸ ਕਰਦਾ ਆਪਾਂ ਜੰਗਾਂਗੇ,
ਔਰ ਇਰਾਦਾ ਕਰਾਂਗੇ ਕਿ ਆਪਣੀ ਗੁਲਾਮੀ ਆਪਾਂ ਨੇ ਖਤਮ ਕਰਨੀ ਹੈ, ਇਲੈਕਸ਼ਨ ਕਰਾਉਣੀ ਹੈ, ACPC ਚਲਾਉਣੀ ਹੈ, 87 ਦੇ ਗੁਰਦੁਆਰੇ ਚਲਾਉਣੇ ਹੈ ਜਿਵੇਂ ਅਸੀਂ ਚਾਹਾਂਗੇ, ਅਤੇ ਜੇ ਤੋਂ ਜ਼ਿਆਦਾ ਔਖਾ ਹੋਇਆ ਸਾਡੀ ਗੱਲ ਸਾਰੇ ਜਹਾਨ ਦੇ ਵਿੱਚ ਚੱਲਦੀ ਹੈ, ਤੂੰ ਹੁਣ ਆਪਣੇ ਹਵਾਈ ਜਹਾਜ਼ਾਂ ਦੇ ਲਈ ਲੜਾਕੂ ਇੰਜਣ ਮੰਗ ਰਹੇ ਅਮਰੀਕਨਾਂ ਤੋਂ, ਉਹ ਮੋਦੀਆਂ ਨਹੀਂ ਦੇਣੇ ਉਹਨਾਂ ਨੇ ਜਿੰਨਾ ਚਿਰ ਤੂੰ ਫੈਸਲਾ ਸਿੱਖਾਂ ਦੇ ਨਾਲ ਨਹੀਂ ਕਰੇਗਾ। ਸੋ ਆਸ ਕਰਦਾ ਤੁਸੀਂ ਅੱਜ ਬਹੁਤ ਮਿਹਨਤ ਕੀਤੀ ਹੈ, ਇੱਥੇ ਆਏ ਹੋ, ਤਾਂ ਮੈਂ ਆਸ ਕਰਦਾ ਕਿ ਹੁਣ ਤੋਂ ਆਪਾਂ ਬੰਦੇ ਦੇ ਪੁੱਤ ਬਣ ਕੇ ਪੰਥ ਦੇ ਨਾਲ ਰਹਾਂਗੇ ਔਰ ਕਦੇ ਗੈਰ ਪੰਥ ਦੀ ਪਾਰਟੀ ਦੇ ਨਾਲ ਸਾਂਝ ਨਹੀਂ ਰੱਖਾਂਗੇ। ਸੋ ਆਸ ਕਰਦਾ ਹੋਇਆ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।